ਦਰਿੰਦਿਆਂ ਦੇ ਵੱਲੋਂ ਹੁਣ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਦੱਸ ਦਈਏ ਕਿ ਦਰਗਾਹ ਦੇ ਉੱਤੇ ਖੇਡ ਰਹੀ ਇੱਕ ਮਾਸੂਮ ਬੱਚੀ ਨੂੰ ਇੱਕ ਦਰਿੰਦਾ ਆਪਣੇ ਨਾਲ ਗੱਲਾਂ ਦੇ ਵਿੱਚ ਲਾ ਕੇ ਗਲਤ ਨੀਅਤ ਦੇ ਨਾਲ ਬਾਈਕ 'ਤੇ ਬਿਠਾ ਕੇ ਲੈ ਜਾਂਦਾ ਅਤੇ ਜਦੋਂ ਲੈ ਕੇ ਜਾ ਰਿਹਾ ਹੁੰਦਾ ਤਾਂ ਰਾਸਤੇ ਦੇ ਵਿੱਚ ਦੋਵਾਂ ਦਾ ਐਕਸੀਡੈਂਟ ਹੋ ਜਾਂਦਾ, ਜਿਸ ਤੋਂ ਬਾਅਦ ਇਹ ਸ਼ਖਸ ਉਸ ਲੜਕੀ ਨੂੰ ਉੱਥੇ ਹੀ ਛੱਡ ਕੇ ਫਰਾਰ ਹੋ ਜਾਂਦਾ। ਹਾਲਾਂਕਿ ਜਿਵੇਂ ਹੀ ਲੜਕੀ ਰੋਣ ਲੱਗਦੀ ਹੈ ਤਾਂ ਆਲੇ ਦੁਆਲੇ ਤੋਂ ਨਿਕਲ ਰਹੇ ਲੋਕ ਜਦੋਂ ਲੜਕੀ ਨੂੰ ਚੁੱਕ ਲੈਂਦੇ ਨੇ ਅਤੇ ਪੁੱਛਿਆ ਜਾਂਦਾ ਉਸਦਾ ਨਾਮ ਪਤਾ, ਅਤੇ ਉਸ ਤੋਂ ਬਾਅਦ ਦੇ ਵਿੱਚ ਲੜਕੀ ਸਾਰੀ ਗੱਲ ਨੂੰ ਸਾਫ਼ ਕਰ ਦਿੰਦੀ ਹੈ, ਜਿਸ ਤੋਂ ਬਾਅਦ ਜੋ ਰਾਹਗੀਰ ਸੀ ਉਹ ਥਾਣੇ ਦੇ ਵਿੱਚ ਇਸ ਲੜਕੀ ਨੂੰ ਲੈ ਕੇ ਪਹੁੰਚਦੇ ਨੇ, ਜਿੱਥੇ ਜਾ ਕੇ ਲੜਕੀ ਦੇ ਵੱਲੋਂ ਸਾਰੀ ਗੱਲ ਦਾ ਖੁਲਾਸਾ ਕੀਤਾ ਜਾਂਦਾ ਅਤੇ ਮਾਸੂਮ ਬੱਚੀ ਦੇ ਵੱਲੋਂ ਕਿਹਾ ਜਾਂਦਾ ਕਿ ਉਸਨੂੰ ਇੱਕ ਸ਼ਖਸ ਗੱਲਾਂ ਦੇ ਵਿੱਚ ਲਾ ਕੇ ਆਪਣੇ ਨਾਲ ਲੈ ਗਿਆ, ਉਸਨੂੰ ਲੱਡੂਆਂ ਦਾ ਲਾਲਚ ਦਿੱਤਾ ਗਿਆ ਅਤੇ ਰਸਤੇ ਦੇ ਵਿੱਚ ਜਦੋਂ ਐਕਸੀਡੈਂਟ ਹੋਇਆ ਤਾਂ ਉਹ ਮੌਕੇ 'ਤੇ ਛੱਡ ਕੇ ਉਸਨੂੰ ਫਰਾਰ ਹੋ ਗਿਆ। ਤਾਂ ਘਟਨਾ ਚੰਡੀਗੜ੍ਹ ਦੇ ਕੈਂਪ ਵਾਲਾ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ ਦਰਗਾਹ ਤੋਂ ਇੱਕ ਸ਼ਖਸ ਦੇ ਵੱਲੋਂ ਖੇਡ ਰਹੇ ਬੱਚਿਆਂ ਨੂੰ ਪਹਿਲਾਂ ਤਾਂ ਗੱਲਾਂ ਦੇ ਵਿੱਚ ਲਾਇਆ ਗਿਆ ਅਤੇ ਫਿਰ ਇੱਕ ਮਾਸੂਮ ਬੱਚੀ ਨੂੰ ਗਲਤ ਨੀਅਤ ਦੇ ਨਾਲ ਆਪਣੇ ਨਾਲ ਲੈ ਜਾਂਦਾ। ਰਸਤੇ ਦੇ ਵਿੱਚ ਜਦੋਂ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਤਾਂ ਬੱਚੀ ਨੂੰ ਉੱਥੇ ਛੱਡ ਕੇ ਮੌਕੇ ਤੋਂ ਫਰਾਰ ਹੋ ਜਾਂਦਾ। ਹਾਲਾਂਕਿ ਜਦੋਂ ਦਰਗਾਹ ਦੇ ਵਿੱਚੋਂ ਉਸਦੇ ਵੱਲੋਂ ਇਹ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤਾਂ ਉਸ ਸਮੇਂ ਦੀ ਇਹ CCTV ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੁਝ ਬੱਚੇ ਦਰਗਾਹ ਦੇ ਅੰਦਰ ਖੇਡਦੇ ਨਜ਼ਰ ਆ ਰਹੇ ਨੇ ਅਤੇ ਇੱਕ ਸ਼ਖਸ ਇਹਨਾਂ ਦੇ ਕੋਲ ਖੜਾ ਦਿਖਾਈ ਦੇ ਰਿਹਾ। ਪਹਿਲਾਂ ਤਾਂ ਬੱਚਿਆਂ ਦੇ ਨਾਲ ਖੇਡਦਾ ਅਤੇ ਫਿਰ ਗਲਤ ਨੀਅਤ ਇਸਦੇ ਜਦੋਂ ਮਨ ਦੇ ਵਿੱਚ ਆਉਂਦੀ ਹੈ ਤਾਂ ਇੱਕ ਬੱਚੀ ਨੂੰ ਲੱਡੂਆਂ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਜਾਂਦਾ ਅਤੇ ਰਸਤੇ ਦੇ ਵਿੱਚ ਜਦੋਂ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਤਾਂ ਉੱਥੇ ਉਸਨੂੰ ਛੱਡ ਕੇ ਫਰਾਰ ਹੋ ਜਾਂਦਾ। ਫਿਲਹਾਲ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਸ਼ਖਸ ਨੂੰ ਗ੍ਰਿਫਤਾਰ ਵੀ ਕਰ ਲਿਆ। ਦਰਿੰਦਿਆਂ ਦੇ ਵੱਲੋਂ ਹੁਣ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਦੱਸ ਦਈਏ ਕਿ ਦਰਗਾਹ ਦੇ ਉੱਤੇ ਖੇਡ ਰਹੀ ਇੱਕ ਮਾਸੂਮ ਬੱਚੀ ਨੂੰ ਇੱਕ ਦਰਿੰਦਾ ਆਪਣੇ ਨਾਲ ਗੱਲਾਂ ਦੇ ਵਿੱਚ ਲਾ ਕੇ ਗਲਤ ਨੀਅਤ ਦੇ ਨਾਲ ਬਾਈਕ 'ਤੇ ਬਿਠਾ ਕੇ ਲੈ ਜਾਂਦਾ ਅਤੇ ਜਦੋਂ ਲੈ ਕੇ ਜਾ ਰਿਹਾ ਹੁੰਦਾ ਤਾਂ ਰਸਤੇ ਦੇ ਵਿੱਚ ਦੋਵਾਂ ਦਾ ਐਕਸੀਡੈਂਟ ਹੋ ਜਾਂਦਾ, ਜਿਸ ਤੋਂ ਬਾਅਦ ਇਹ ਸ਼ਖਸ ਉਸ ਲੜਕੀ ਨੂੰ ਉੱਥੇ ਹੀ ਛੱਡ ਕੇ ਫਰਾਰ ਹੋ ਜਾਂਦਾ। ਹਾਲਾਂਕਿ ਜਿਵੇਂ ਹੀ ਲੜਕੀ ਰੋਣ ਲੱਗਦੀ ਹੈ ਤਾਂ ਆਲੇ ਦੁਆਲੇ ਤੋਂ ਨਿਕਲ ਰਹੇ ਲੋਕ ਜਦੋਂ ਲੜਕੀ ਨੂੰ ਚੁੱਕ ਲੈਂਦੇ ਨੇ ਅਤੇ ਪੁੱਛਿਆ ਜਾਂਦਾ ਉਸਦਾ ਨਾਮ ਪਤਾ, ਅਤੇ ਉਸ ਤੋਂ ਬਾਅਦ ਦੇ ਵਿੱਚ ਲੜਕੀ ਸਾਰੀ ਗੱਲ ਨੂੰ ਸਾਫ਼ ਕਰ ਦਿੰਦੀ ਹੈ, ਜਿਸ ਤੋਂ ਬਾਅਦ ਜੋ ਰਾਹਗੀਰ ਸੀ ਉਹ ਥਾਣੇ ਦੇ ਵਿੱਚ ਇਸ ਲੜਕੀ ਨੂੰ ਲੈ ਕੇ ਪਹੁੰਚਦੇ ਨੇ, ਜਿੱਥੇ ਜਾ ਕੇ ਲੜਕੀ ਦੇ ਵੱਲੋਂ ਸਾਰੀ ਗੱਲ ਦਾ ਖੁਲਾਸਾ ਕੀਤਾ ਜਾਂਦਾ ਅਤੇ ਮਾਸੂਮ ਬੱਚੀ ਦੇ ਵੱਲੋਂ ਕਿਹਾ ਜਾਂਦਾ ਕਿ ਉਸਨੂੰ ਇੱਕ ਸ਼ਖਸ ਗੱਲਾਂ ਦੇ ਵਿੱਚ ਲਾ ਕੇ ਆਪਣੇ ਨਾਲ ਲੈ ਗਿਆ, ਉਸਨੂੰ ਲੱਡੂਆਂ ਦਾ ਲਾਲਚ ਦਿੱਤਾ ਗਿਆ ਅਤੇ ਰਸਤੇ ਦੇ ਵਿੱਚ ਜਦੋਂ ਐਕਸੀਡੈਂਟ ਹੋਇਆ ਤਾਂ ਉਹ ਮੌਕੇ 'ਤੇ ਛੱਡ ਕੇ ਉਸਨੂੰ ਫਰਾਰ ਹੋ ਗਿਆ। ਤਾਂ ਘਟਨਾ ਚੰਡੀਗੜ੍ਹ ਦੇ ਕੈਂਪ ਵਾਲਾ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ ਦਰਗਾਹ ਤੋਂ ਇੱਕ ਸ਼ਖਸ ਦੇ ਵੱਲੋਂ ਖੇਡ ਰਹੇ ਬੱਚਿਆਂ ਨੂੰ ਪਹਿਲਾਂ ਤਾਂ ਗੱਲਾਂ ਦੇ ਵਿੱਚ ਲਾਇਆ ਗਿਆ ਅਤੇ ਫਿਰ ਇੱਕ ਮਾਸੂਮ ਬੱਚੀ ਨੂੰ ਗਲਤ ਨੀਅਤ ਦੇ ਨਾਲ ਆਪਣੇ ਨਾਲ ਲੈ ਜਾਂਦਾ। ਰਸਤੇ ਦੇ ਵਿੱਚ ਜਦੋਂ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਤਾਂ ਬੱਚੀ ਨੂੰ ਉੱਥੇ ਛੱਡ ਕੇ ਮੌਕੇ ਤੋਂ ਫਰਾਰ ਹੋ ਜਾਂਦਾ। ਹਾਲਾਂਕਿ ਜਦੋਂ ਦਰਗਾਹ ਦੇ ਵਿੱਚੋਂ ਉਸਦੇ ਵੱਲੋਂ ਇਹ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤਾਂ ਉਸ ਸਮੇਂ ਦੀ ਇਹ CCTV ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਕੁਝ ਬੱਚੇ ਦਰਗਾਹ ਦੇ ਅੰਦਰ ਖੇਡਦੇ ਨਜ਼ਰ ਆ ਰਹੇ ਨੇ ਅਤੇ ਇੱਕ ਸ਼ਖਸ ਇਹਨਾਂ ਦੇ ਕੋਲ ਖੜਾ ਦਿਖਾਈ ਦੇ ਰਿਹਾ। ਪਹਿਲਾਂ ਤਾਂ ਬੱਚਿਆਂ ਦੇ ਨਾਲ ਖੇਡਦਾ ਅਤੇ ਫਿਰ ਗਲਤ ਨੀਅਤ ਇਸਦੇ ਜਦੋਂ ਮਨ ਦੇ ਵਿੱਚ ਆਉਂਦੀ ਹੈ ਤਾਂ ਇੱਕ ਬੱਚੀ ਨੂੰ ਲੱਡੂਆਂ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਜਾਂਦਾ ਅਤੇ ਰਸਤੇ ਦੇ ਵਿੱਚ ਜਦੋਂ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਤਾਂ ਉੱਥੇ ਉਸਨੂੰ ਛੱਡ ਕੇ ਫਰਾਰ ਹੋ ਜਾਂਦਾ। ਫਿਲਹਾਲ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਸ਼ਖਸ ਨੂੰ ਗ੍ਰਿਫਤਾਰ ਵੀ ਕਰ ਲਿਆ।